ਜੇ ਮੁੱਖ ਮੰਤਰੀ ਦੇ ਆਪਦੇ ਪ੍ਰਾਈਵੇਟ ਸਕੂਲ ਹੋਣਗੇ ਜਾਂ ਸਕੂਲਾਂ 'ਚ ਹਿੱਸਾ ਹੋਊਗਾ, ਉਹ ਕਿਉਂ ਜਾਊਗਾ ਸਰਕਾਰੀ ਸਕੂਲਾਂ ਦੀ ਪੜ੍ਹਾਈ ਵਧੀਆ ਹੋ ਜੇ? ਜੇ ਮੁੱਖ ਮੰਤਰੀ ਦੇ ਆਪਦੇ ਹਸਪਤਾਲ ਹੋਣ ਜਾਂ ਹਸਪਤਾਲ 'ਚ ਹਿੱਸਾ ਹੋਊਗਾ, ਕਮਿਸ਼ਨ ਲੈਂਦਾ ਹੋਊਗਾ, ਉਹ ਕਿਉਂ ਚਾਹੂਗਾ ਸਰਕਾਰੀ ਹਸਪਤਾਲਾਂ 'ਚ ਮਸ਼ੀਨਾਂ ਆ ਜਾਣ ਜਾਂ ਦਵਾਈਆਂ ਆ ਜਾਣ? ਉਹ ਤਾਂ ਚਾਹੂਗਾ ਉੱਧਰ ਜਾਣ ਲੋਕ। ਸੋ ਇਹ ਮੈਡੀਕਲ ਕਾਲਜ ਦੀ ਮੈਨੂੰ ਕਿੱਥੋਂ ਆਈ, ਮੈਨੂੰ ਇਹ ਆਈਡੀਆ ਕਿੱਥੋਂ ਆਇਆ, ਜਦੋਂ ਮੈਨੂੰ ਯੂਕਰੇਨ 'ਚੋਂ 400 ਦੇ ਕਰੀਬ ਮੁੰਡੇ ਕੁੜੀਆਂ ਨੂੰ ਇੱਥੇ ਵਾਪਸ ਲਿਆਉਣਾ ਪਿਆ, ਕਿਉਂਕਿ ਉਹ ਜੰਗ ਲੱਗ ਗਈ ਸੀ, ਉਹ ਫਸ ਗਏ ਸੀ। ਜਦੋਂ ਮੈਨੂੰ ਮਿਲਣ ਆਏ ਉਹ ਅਤੇ ਉਹਦੇ ਮਾਪੇ, ਉਹਨਾਂ ਦੇ ਮੈਨੂੰ ਮੇਰੇ ਰੌਂਗਟੇ ਖੜ੍ਹੇ ਹੋ ਗਏ ਦੇਖ ਕੇ, ਕਿਉਂਕਿ ਨਲਾਇਕ ਬੱਚੇ ਨਹੀਂ ਸੀ ਉਹ, ਜਾਂ ਕੋਈ ਘੱਟ ਨੰਬਰ ਵਾਲੇ ਬੱਚੇ ਨਹੀਂ ਸੀ ਕਿ ਇੱਥੇ ਐਡਮਿਸ਼ਨ ਨਹੀਂ ਮਿਲੀ, ਉੱਥੇ ਮਿਲ ਜਾਂਦੀ ਹੈ। ਨੋ, 98%, 98.5%, 98.9%, 99.4% ਵਾਲੇ ਬੱਚੇ। ਮੈਂ ਕਿਹਾ ਜੀ ਫਿਰ ਤੁਸੀਂ ਇੱਥੇ ਕਿਉਂ ਨਹੀਂ? ਕਹਿੰਦੇ ਜੀ ਇੱਥੇ ਤਾਂ ਸੀਟਾਂ ਉਹਨੇ ਕੋਟਾ ਮੁੱਕ ਜਾਂਦਾ ਜੀ, ਆਹ ਫਲਾਨੇ ਦਾ ਕੋਟਾ ਇਹ 'ਚ ਲੈ ਲਓ, ਇਹ 'ਚ 1 ਕਰੋੜ ਲੱਗਣਗੇ, ਆਹ ਕੋਟਾ ਇਹ 'ਚ ਲੈ ਲਓ, ਇਹ 'ਚ 1 ਕਰੋੜ ਲੱਗਣਗੇ। ਜਿਹੜਾ ਕੰਮ ਉਹ ਕਹਿੰਦੇ ਇੱਥੇ 3 ਕਰੋੜ 'ਚ ਹੁੰਦਾ, ਉਹ ਉੱਥੇ 30 ਲੱਖ 'ਚ ਹੁੰਦਾ। ਤਾਂ ਗਿਆ ਜੀ ਉੱਥੇ, ਫਿਰ ਮੇਰੇ ਦਿਮਾਗ 'ਚ ਆਇਆ, ਮੈਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਬਾਰੇ ਸੋਚਿਆ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਕੀ ਸੋਚਦੇ ਹੋਣਗੇ, ਉਹਨਾਂ ਦੀ ਆਤਮਾ ਕੀ ਸੋਚਦੀ ਹੋਊਗੀ। 25 ਸਾਲ ਪਹਿਲਾਂ ਆਜ਼ਾਦ ਹੋਇਆ ਮੁਲਕ ਉਹ ਯੂਕਰੇਨ, 25 ਸਾਲ ਪਹਿਲਾਂ ਆਜ਼ਾਦ ਹੋਏ ਮੁਲਕ ਦੇ ਵਿੱਚ ਸਾਡੇ ਬੱਚੇ ਮੈਡੀਕਲ ਦੀ ਸਿੱਖਿਆ ਲੈਣ ਜਾ ਰਹੇ ਨੇ, ਅਤੇ ਸਾਨੂੰ 75 ਸਾਲ ਹੋ ਗਏ, ਅਸੀਂ ਅਜੇ ਕੋਟਾ ਸਿਸਟਮ 'ਚ ਹੀ ਫਸੇ ਹੋਏ ਹਾਂ। ਸਾਡੇ ਇੰਨੀ ਮਹਿੰਗੀ ਪੜ੍ਹਾਈ ਹੈ ਕਿ ਆਮ ਬੰਦਾ ਸੋਚ ਹੀ ਨਹੀਂ ਸਕਦਾ। ਸੋ ਅਸੀਂ ਫਿਰ ਫੈਸਲਾ ਕੀਤਾ ਕਿ ਮੈਡੀਕਲ ਕਾਲਜ ਪੰਜਾਬ 'ਚ ਖੋਲ੍ਹਾਂਗੇ ਅਸੀਂ। ਇਸ ਇਲਾਕੇ ਦੀ ਵੀ ਵਾਰੀ ਆਊਗੀ, ਤੁਸੀਂ ਮੰਗ ਕੀਤੀ ਹੈ, ਇਸ ਇਲਾਕੇ ਦੇ ਵਿੱਚ ਵੀ ਇਹਦੇ ਨਾਲ ਕੀ ਹੋਊਗਾ, ਜਦੋਂ ਪੜ੍ਹਾਈ ਮਿਲੀ, ਸਸਤੀ ਪੜ੍ਹਾਈ ਮਿਲੀ ਬੱਚਿਆਂ ਨੂੰ, ਤਾਂ ਸਾਡੇ ਬੱਚੇ ਡਾਕਟਰ ਬਣਨਗੇ, ਗਰੀਬੀਆਂ ਚੱਕਣਗੇ ਘਰਾਂ ਦੀਆਂ। ਉਹ ਸਕੂਲ ਆਫ ਐਮੀਨੈਂਸ ਖੁੱਲ੍ਹ ਰਹੇ ਨੇ, ਉਹ ਇੰਨੀ ਸ਼ਾਨਦਾਰ ਪੜ੍ਹਾਈ ਹੈ। ਜਿੰਨੇ ਵੀ ਅੰਮ੍ਰਿਤਸਰ ਦੇ ਵਿੱਚ ਸਕੂਲ ਆਫ ਐਮੀਨੈਂਸ ਖੁੱਲ੍ਹਿਆ, ਇੱਕ ਲੁਧਿਆਣੇ 'ਚ ਖੁੱਲ੍ਹਿਆ, ਤੁਸੀਂ ਜਿੱਥੇ ਨੇੜੇ ਪੈਂਦਾ ਕਦੇ ਜਾਓ ਮੱਥਾ ਟੇਕਣ, ਅੰਮ੍ਰਿਤਸਰ ਦਰਬਾਰ ਸਾਹਿਬ ਜਾਂ ਦੁਰਗਿਆਣਾ ਮੰਦਿਰ ਜਾਂ ਵਾਹਗਾ ਬਾਰਡਰ ਦੇਖਣ ਜਾਓ, 6 ਘੰਟਿਆਂ ਦੇ ਵਿੱਚ ਇੱਕ ਸਕੂਲ ਆਫ ਐਮੀਨੈਂਸ ਹੈ, ਜ਼ਰੂਰ ਦੇਖ ਕੇ ਆਇਓ। ਮੈਂ ਇਹ ਫੈਸਲਾ ਕੀਤਾ ਹੋਇਆ, ਪਰਮਾਤਮਾ ਨੇ ਸਮਤ ਬਖਸ਼ੀ ਤਾਂ ਆਉਣ ਵਾਲੇ ਦਿਨਾਂ 'ਚ ਮੇਰਾ ਸੁਪਨਾ ਪੂਰਾ ਹੋਊਗਾ ਕਿ ਮੈਂ ਪੰਜਾਬ ਦੇ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹੁੰਦਾ। ਹੁਣ ਮਜਬੂਰੀ ਹੈ ਕਿ ਆਪਣੇ ਬੱਚਿਆਂ ਨੂੰ ਪ੍ਰਾਈਵੇਟ 'ਚ ਪੜ੍ਹਾ ਲਓ, ਜਿੱਥੇ ਲੱਖਾਂ ਰੁਪਈਆਂ ਦੀ ਫੀਸ ਹੈ, ਸਰਕਾਰੀ 'ਚ ਤੁਸੀਂ ਪੜ੍ਹਾਓਗੇ ਤਾਂ ਬੱਚਿਆਂ ਦਾ ਫਿਊਚਰ ਕੋਈ ਨਹੀਂ ਹੈਗਾ। ਇਹ ਸਰਕਾਰੀ ਸਕੂਲਾਂ ਦਾ ਹਾਲ ਹੀ ਇਹ ਕਰਤਾ ਸੀ ਗੌਰਮੈਂਟਾਂ ਨੇ, ਤਾਂ ਮਜਬੂਰੀ ਹੈ, ਜਾਂ ਅਨਪੜ੍ਹ ਰੱਖ ਲਓ ਜਾਂ ਫਿਰ ਲੱਖਾਂ ਰੁਪਈਆ ਜੇ ਤੁਹਾਡੇ ਕੋਲ ਹੈਗਾ ਕੋਈ ਗਹਿਣੇ ਗੱਟੇ ਜਾਂ ਜ਼ਮੀਨ ਥੋੜ੍ਹੀ 4 ਖੁੱਟ ਹੈਗੀ ਆ ਉਹ ਵੇਚ ਕੇ ਤਾਂ ਜਵਾਕ ਪੜ੍ਹਾ ਲਓ। ਫਿਰ ਦੂਜੀ ਮਜਬੂਰੀ, ਜਾਂ ਤਾਂ ਮੰਜੇ 'ਤੇ ਪਏ ਆਪਣੇ ਰਿਸ਼ਤੇਦਾਰ ਦੀ ਜਾਂ ਆਪਣੇ ਬਜ਼ੁਰਗਾਂ ਦੀ ਮੌਤ ਦਾ ਇੰਤਜ਼ਾਰ ਕਰੋ,
ਜਾਂ ਫਿਰ ਲੱਖਾਂ ਕਰੋੜ ਰੁਪਈਆ ਲਾ ਕੇ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾਓ, ਕਿਉਂਕਿ ਸਰਕਾਰੀ 'ਚ ਮਸ਼ੀਨਾਂ ਹੈ ਨਹੀਂ, ਨਾ ਡਾਕਟਰ ਨਾ ਦਵਾਈਆਂ, ਇਹ ਮਜਬੂਰੀਆਂ ਹੋ ਗਈਆਂ। ਪਰਮਾਤਮਾ ਸੁੱਖ ਰੱਖੇ। ਅੱਜ ਸ਼ਹੀਦ ਆਜ਼ਮ ਹੋਰਾਂ ਦੀ ਧਰਤੀ 'ਤੇ ਖੜ੍ਹੇ ਹਾਂ। ਆਉਣ ਵਾਲੇ 6-7 ਮਹੀਨਿਆਂ 'ਚ, ਸਿਰਫ 6-7 ਮਹੀਨਿਆਂ 'ਚ ਮਜਬੂਰੀ ਮਰਜ਼ੀ 'ਚ ਬਦਲੂਗੀ, ਕਿ ਤੁਹਾਡੀ ਮਰਜ਼ੀ ਹੈ ਇਲਾਜ ਸਰਕਾਰੀ 'ਚ ਕਰਾਉਣਾ ਸਰਕਾਰੀ 'ਚ ਕਰਾ ਲਓ, ਪ੍ਰਾਈਵੇਟ 'ਚ ਕਰਾਉਣਾ ਪ੍ਰਾਈਵੇਟ 'ਚ ਕਰਾ ਲਓ, ਇਲਾਜ ਇੱਕੋ ਜਿਹਾ ਪਰ ਉੱਧਰ ਪੈਸੇ ਨਹੀਂ ਲੱਗਦੇ ਸਰਕਾਰੀ 'ਚ। ਇਸੇ ਤਰ੍ਹਾਂ ਹੀ ਤੁਹਾਡੀ ਮਰਜ਼ੀ ਹੈ ਬੱਚੇ ਨੂੰ ਪ੍ਰਾਈਵੇਟ 'ਚ ਪੜ੍ਹਾਉਣਾ ਪ੍ਰਾਈਵੇਟ 'ਚ ਪੜ੍ਹਾ ਲਿਓ, ਸਰਕਾਰੀ ਸਕੂਲ 'ਚ ਪੜ੍ਹਾਉਣਾ ਸਰਕਾਰੀ 'ਚ ਪੜ੍ਹਾ ਲਿਓ, ਪੜ੍ਹਾਈ ਇੱਕੋ ਜਿਹੀ ਹੋਊਗੀ, ਮਰਜ਼ੀ ਤੁਹਾਡੀ ਹੋਊਗੀ। ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹੁੰਦਾ।